ਦੁਨੀਆ 'ਚ ਨਵਾਂ ਫਰਾਡ ਚੱਲ ਰਿਹਾ ਭਾਈਆਂ, ਦੁਨੀਆ 'ਚ ਨਵਾਂ ਫਰਾਡ। ਇੱਕ ਬੰਦਾ ਬੈਂਕ ਦੀ ਮੁਲਾਜ਼ਮਤ ਕਰਦਾ ਸੀ, ਬੈਂਕ ਦੀ ਨੌਕਰੀ ਕਰਦਾ ਸੀ, ਉਹਦੀ ਸਰਵਿਸ ਪੂਰੀ ਹੋ ਗਈ, ਉਸ ਬੰਦੇ ਨੂੰ ਰਿਟਾਇਰਮੈਂਟ ਦੇ ਪੈਸੇ ਮਿਲੇ। ਉਹਦੇ ਭਣਵਈਏ ਨੂੰ ਪਤਾ ਲੱਗ ਗਿਆ ਵੀ ਮੇਰੇ ਸਾਲੇ ਨੂੰ ਰਿਟਾਇਰਮੈਂਟ ਦੇ ਪੈਸੇ ਮਿਲੇ ਨੇ। ਉਹਨੇ ਆਪਦੀ ਘਰਦੀ ਨੂੰ ਕਿਹਾ ਵੀ ਤੇਰੇ ਭਰਾ ਨੂੰ ਰਿਟਾਇਰਮੈਂਟ ਦੇ ਪੈਸੇ ਮਿਲੇ ਨੇ, ਉਹ ਪੈਸੇ ਮੈਨੂੰ ਲੈ ਕੇ ਦੇ, ਮੈਂ ਕਾਰੋਬਾਰ ਕਰਾਂ ਅਤੇ ਮੈਂ ਡਬਲ ਉਹਨੂੰ ਵਾਪਸ ਕਰ ਦਿਆਂਗਾ। ਉਹਦੇ ਭਣਵਈਏ ਨੇ ਨਿਆਣੇ ਚੱਕੇ, ਆਪਦੀ ਘਰਦੀ ਨੂੰ ਨਾਲ ਲੈ ਕੇ ਸਾਲੇ ਦੇ ਬੂਹੇ 'ਤੇ ਆ ਗਿਆ। ਉਹਨਾਂ ਨੇ ਰੋਟੀ ਪਾਣੀ ਚਾਹ ਪਾਣੀ ਦਿੱਤਾ, ਉਹਨੇ ਤਸੱਲੀ ਨਾਲ ਗੱਲ ਸੁਣਾਈ। ਉਹਨੇ ਕਿਹਾ ਯਾਰ ਤੈਨੂੰ ਰਿਟਾਇਰਮੈਂਟ ਦੇ ਪੈਸੇ ਮਿਲੇ ਨੇ, ਇਹ ਤੂੰ ਮੈਨੂੰ ਦੇ ਦੇ, ਮੈਂ ਕਾਰੋਬਾਰ ਕਰਾਂਗਾ, ਮੈਂ ਤੈਨੂੰ ਡਬਲ ਪੈਸੇ ਦੇ ਦਿਆਂਗਾ। ਭਣਵਈਆ ਸਾਲੇ ਦੇ ਪੈਸੇ ਹੜੱਪ ਕਰ ਗਿਆ ਰਿਟਾਇਰਮੈਂਟ ਦੇ। 3-4 ਸਾਲ ਗੁਜ਼ਰ ਗਏ, ਪੈਸੇ ਦੇਣ 'ਚ ਹੀ ਨਹੀਂ ਆਉਂਦਾ। ਇਹ ਪੂਰੀ ਦੁਨੀਆ ਵਾਸਤੇ ਵੀਡੀਓ ਹੈ, ਜਿੱਥੇ ਭਾਈਆਂ ਧੀ ਵਿਆਹ ਦਿਓ, ਭੈਣ ਵਿਆਹ ਦਿਓ, ਉਹਨਾਂ ਨੂੰ ਉਧਾਰ ਪੈਸੇ ਨਾ ਦਿਆ ਜੇ, ਨਹੀਂ ਤਾਂ ਲੜਾਈਆਂ ਹੁੰਦੀਆਂ ਨੇ। ਲਿਹਾਜ਼ਾ ਕਿਸੇ ਬੰਦੇ ਨੂੰ ਵੀ ਉਧਾਰ ਪੈਸੇ ਨਾ ਦਿਆ ਜੇ। ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ। ਉਧਾਰ ਲੈਣਾ ਸੌਖਾ ਜੇ, ਵਾਪਸ ਕਰਨਾ ਬੜਾ ਔਖਾ ਜੇ। ਭਣਵਈਆ ਸਾਲੇ ਦੇ ਰਿਟਾਇਰਮੈਂਟ ਦੇ ਸਾਰੇ ਪੈਸੇ ਹੜੱਪ ਕਰ ਗਿਆ, ਵਾਪਸ ਨਹੀਂ ਕਰ ਰਿਹਾ ਭਾਈਜਾਨ। ਸੋਚ ਸਮਝ ਕੇ ਕਿਸੇ ਨੂੰ ਉਧਾਰ ਪੈਸੇ ਦਿਆ ਜੇ।